ਪ੍ਰੋਬਲਮ ਸੀਗੀਆਂ ਉਹਨਾਂ ਨੇ ਮੈਨੂੰ ਦੱਸੀਆਂ ਨੇ ਸਾਰੀਆਂ ਪ੍ਰੋਬਲਮ, ਤੇ ਜੋ ਜੋ ਉਹਨਾਂ ਨੂੰ ਕਿਸੇ ਚੀਜ਼ ਦੀ ਆਬਜੈਕਸ਼ਨ ਸੀਗੀ ਜਾਂ ਉਹਨਾਂ ਨੂੰ ਕੋਈ ਚੀਜ਼ ਚਾਹੁੰਦੇ ਨੇ ਕਿ ਪ੍ਰੈਜੈਂਟੇਸ਼ਨ ਕੈਮਰਾ ਵੱਲੋਂ, ਉਹਨਾਂ ਦੇ ਲਈ ਵੀ ਦੱਸਿਆ ਨੇ ਕੁਝ ਫੀਸਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ। ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੀਆਂ। ਉਦੋਂ ਬਾਅਦ ਮੈਂ ਵੀਸੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਦੇ ਵੀ ਕਹਿਣ ਦਾ, ਉਹਨਾਂ ਦਾ ਵੀ ਸੁਣਿਆ ਤਰਕ ਵੀ ਉਹ ਕੀ ਕਹਿੰਦੇ ਨੇ ਇਸ ਬਾਰੇ, ਕੁਝ ਫੀਮੇਲ ਫੈਕਲਟੀਜ਼ ਹੈਗੀਆਂ ਨੇ ਉਹਨਾਂ ਨੂੰ ਵੀ ਸੁਣਿਆ ਸਾਰਾ ਕੁਝ। ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚੇ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪ੍ਰੈਜੈਂਟੇਟਿਵਸ ਚੁਣਨਗੇ, ਔਰ ਇੱਧਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹਦੇ ਅੰਦਰ, ਜਾਂ ਕੋਈ ਬਾਹਰ ਦਾ ਮੈਂਬਰ ਉਹਦੇ 'ਚ ਪੈਣਾ ਚਾਹੀਦਾ, ਜਾਂ ਸਾਡੇ ਪ੍ਰਸ਼ਾਸਨ ਦੀ ਤਰਫ ਤੋਂ ਮੈਂਬਰ ਉਹਨਾਂ ਦੇ ਪੈਣਾ ਚਾਹੀਦਾ, ਉਹ ਕਮੇਟੀ ਬਣੇਗੀ। ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ, ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਬਹੁਤ, ਜੇ ਉਹ ਕਹਿਣਗੇ ਤਾਂ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ, ਉਹਨਾਂ ਨੂੰ ਰਿਪ੍ਰੈਜੈਂਟ ਕਰਾਂ, ਕਿਉਂਕਿ ਮੇਰਾ ਕੰਮ ਹੀ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਟੀ ਦੇ ਲਈ। ਜੀ ਠੀਕ ਹੈ ਮੈਮ, ਪਹਿਲਾਂ ਇਹ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ? ਤੁਸੀਂ ਸਾਰਾ ਕਾਫੀ ਦਿਨ ਹੋ ਗਏ ਐਨਾਲਾਈਜ਼ ਕੀਤਾ ਸਾਰਾ ਮਸਲਾ, ਕਿਸ ਤਰੀਕੇ ਨਾਲ ਵੇਖ ਰਹੇ ਹੋ ਗਲਤੀ ਕਿਹਦੀ ਮੰਨਦੇ ਹੋ? ਨਹੀਂ, ਮੈਂ ਇਸ ਟਾਈਮ ਤੇ ਉੱਤੇ ਇਹ ਹੈਗਾ ਕਿ ਦੋਵਾਂ ਧਿਰਾਂ ਨੂੰ ਸੁਣਿਆ ਆ। ਠੀਕ ਹੈ, ਹੁਣ ਜਦੋਂ ਕਮੇਟੀ ਬਣੇਗੀ ਤਾਂ ਸਟੂਡੈਂਟਸ ਦੇ ਰਿਪ੍ਰੈਜੈਂਟੇਟਿਵਸ ਨੂੰ ਵੀ ਅੱਗੇ ਪਾਵਾਂਗੇ, ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਬਾਕੀ ਕੌਣ ਗਲਤ ਹੈ ਕੌਣ ਸਹੀ ਹੈ, ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੇ ਆਪਣੇ ਆਰਗੂਮੈਂਟਸ ਹੈ। ਮੈਮ ਫਿਲਹਾਲ ਇਹ ਪ੍ਰੋਟੈਸਟ ਜਾਰੀ ਰਹਿਣਾ, ਜਿਵੇਂ ਬੱਚਿਆਂ ਨੇ ਕਿਹਾ ਵੀ ਨਹੀਂ, ਬੱਚੇ ਅੱਜ ਬਹੁਤ ਖੁਸ਼ ਵੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਐਂਡ ਆਲ ਦੈਟ, ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਏ। ਮੈਮ ਪਿਛਲੇ 4 ਦਿਨ ਤੋਂ ਚੱਲ ਰਿਹਾ ਜੀ ਇਹ, ਤੁਸੀਂ ਅੱਜ ਆਏ ਹੋ, ਤੁਹਾਡੇ ਕੋਲ ਕੋਈ ਕੰਪਲੇਂਟ ਆਈ ਹੈ ਜਾਂ ਕੋਈ 4 ਦਿਨ ਤੋਂ ਤੁਸੀਂ ਨਹੀਂ? ਮੈਂ 2 ਦਿਨ ਤੋਂ ਸਭ ਐਡਮਿਨਿਸਟ੍ਰੇਸ਼ਨ ਦੇ ਟੱਚ ਵਿੱਚ ਸੀਗੀ, ਠੀਕ ਹੈ ਨਾ, ਤੇ ਮੈਨੂੰ ਜਦੋਂ ਲੱਗਿਆ ਕਿ ਨਹੀਂ ਮੈਨੂੰ ਹੁਣ ਇਸ ਟਾਈਮ ਤੇ ਜਾਣਾ ਚਾਹੀਦਾ, ਤੇ ਉਸ ਟਾਈਮ ਮੈਂ ਆਈ ਹਾਂ। ਮੈਮ ਲੱਗਦਾ ਨਹੀਂ ਕਿ ਜੇ ਹੁਣ ਲੱਗਿਆ ਨਾ ਤੱਕਾ ਮਾਰ ਕੇ ਪਿੱਛੇ ਘੇਰ ਦੇਣਾ, ਇੰਡੀਆ ਦੀ ਯੂਨੀਵਰਸਿਟੀ 4 ਦਿਨ ਤੋਂ ਬੰਦ ਹੈ। ਨਹੀਂ ਕੋਈ ਗੱਲ ਨਹੀਂ, ਇਸ ਹੁੰਦਾ ਯਾਰ ਕਦੇ ਸਟੂਡੈਂਟ ਅਗਰ ਉਹਨਾਂ ਦੀ ਕਿੱਥੋਂ ਕਰਾਏ ਨੇ ਤੇ ਉਹ ਆਪਣੇ ਪ੍ਰੋਟੈਸਟ ਕਰਦੇ, ਉਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ, ਠੀਕ ਹੈ। ਔਰ ਹੁਣ ਜਿਹੜੀ ਇਹ ਕਮੇਟੀ ਬਣਾ ਕੇ ਬੜੀ ਜਲਦੀ ਕਨਸਟੀਟਿਊਟ ਹੋ ਜਾਏਗੀ, ਔਰ ਉਹਦੇ ਅੰਦਰ ਬੈਠ ਕੇ ਦੇਖੋ ਸਟੂਡੈਂਟ ਰੋਕ ਲਗਾਏ ਗਏ ਕਿ ਬਿਨਾਂ ਦੱਸੇ ਚਾਹੁੰਦੇ ਉਹਨਾਂ ਦੇ ਲਈ ਵੀ ਦੱਸਿਆ ਨੇ ਕੁਝ ਫੀਸਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ। ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੀਆਂ। ਉਦੋਂ ਬਾਅਦ ਮੈਂ ਵੀਸੀ ਸਾਹਿਬ ਨਾਲ ਗੱਲ ਕੀਤੀ, ਉਹਨਾਂ ਦੇ ਵੀ ਕਹਿਣ ਦਾ, ਉਹਨਾਂ ਦਾ ਵੀ ਸੁਣਿਆ ਤਰਕ ਵੀ ਉਹ ਕੀ ਕਹਿੰਦੇ ਨੇ ਇਸ ਬਾਰੇ, ਕੁਝ ਫੀਮੇਲ ਫੈਕਲਟੀਜ਼ ਹੈਗੀਆਂ ਨੇ ਉਹਨਾਂ ਨੂੰ ਵੀ ਸੁਣਿਆ ਸਾਰਾ ਕੁਝ। ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚੇ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪ੍ਰੈਜੈਂਟੇਟਿਵਸ ਚੁਣਨਗੇ, ਔਰ ਇੱਧਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹਦੇ ਅੰਦਰ, ਜਾਂ ਕੋਈ ਬਾਹਰ ਦਾ ਮੈਂਬਰ ਉਹਦੇ 'ਚ ਪੈਣਾ ਚਾਹੀਦਾ, ਜਾਂ ਸਾਡੇ ਪ੍ਰਸ਼ਾਸਨ ਦੀ ਤਰਫ ਤੋਂ ਮੈਂਬਰ ਉਹਨਾਂ ਦੇ ਪੈਣਾ ਚਾਹੀਦਾ, ਉਹ ਕਮੇਟੀ ਬਣੇਗੀ। ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ, ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਬਹੁਤ, ਜੇ ਉਹ ਕਹਿਣਗੇ ਤਾਂ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ, ਉਹਨਾਂ ਨੂੰ ਰਿਪ੍ਰੈਜੈਂਟ ਕਰਾਂ, ਕਿਉਂਕਿ ਮੇਰਾ ਕੰਮ ਹੀ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਟੀ ਦੇ ਲਈ। ਜੀ ਠੀਕ ਹੈ ਮੈਮ, ਪਹਿਲਾਂ ਇਹ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ? ਤੁਸੀਂ ਸਾਰਾ ਕਾਫੀ ਦਿਨ ਹੋ ਗਏ ਐਨਾਲਾਈਜ਼ ਕੀਤਾ ਸਾਰਾ ਮਸਲਾ, ਕਿਸ ਤਰੀਕੇ ਨਾਲ ਵੇਖ ਰਹੇ ਹੋ ਗਲਤੀ ਕਿਹਦੀ ਮੰਨਦੇ ਹੋ? ਨਹੀਂ, ਮੈਂ ਇਸ ਟਾਈਮ ਤੇ ਉੱਤੇ ਇਹ ਹੈਗਾ ਕਿ ਦੋਵਾਂ ਧਿਰਾਂ ਨੂੰ ਸੁਣਿਆ ਆ। ਠੀਕ ਹੈ, ਹੁਣ ਜਦੋਂ ਕਮੇਟੀ ਬਣੇਗੀ ਤਾਂ ਸਟੂਡੈਂਟਸ ਦੇ ਰਿਪ੍ਰੈਜੈਂਟੇਟਿਵਸ ਨੂੰ ਵੀ ਅੱਗੇ ਪਾਵਾਂਗੇ, ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਬਾਕੀ ਕੌਣ ਗਲਤ ਹੈ ਕੌਣ ਸਹੀ ਹੈ, ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੇ ਆਪਣੇ ਆਰਗੂਮੈਂਟਸ ਹੈ। ਮੈਮ ਫਿਲਹਾਲ ਇਹ ਪ੍ਰੋਟੈਸਟ ਜਾਰੀ ਰਹਿਣਾ, ਜਿਵੇਂ ਬੱਚਿਆਂ ਨੇ ਕਿਹਾ ਵੀ ਨਹੀਂ, ਬੱਚੇ ਅੱਜ ਬਹੁਤ ਖੁਸ਼ ਵੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਐਂਡ ਆਲ ਦੈਟ, ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਏ। ਮੈਮ ਪਿਛਲੇ 4 ਦਿਨ ਤੋਂ ਚੱਲ ਰਿਹਾ ਜੀ ਇਹ, ਤੁਸੀਂ ਅੱਜ ਆਏ ਹੋ, ਤੁਹਾਡੇ ਕੋਲ ਕੋਈ ਕੰਪਲੇਂਟ ਆਈ ਹੈ ਜਾਂ ਕੋਈ 4 ਦਿਨ ਮੈਂ 2 ਦਿਨ ਤੋਂ ਸਭ ਐਡਮਿਨਿਸਟ੍ਰੇਸ਼ਨ ਦੇ ਟੱਚ ਵਿੱਚ ਸੀਗੀ, ਠੀਕ ਹੈ ਨਾ,
ਤੇ ਮੈਨੂੰ ਜਦੋਂ ਲੱਗਿਆ ਕਿ ਨਹੀਂ ਮੈਨੂੰ ਹੁਣ ਇਸ ਟਾਈਮ ਤੇ ਜਾਣਾ ਚਾਹੀਦਾ ਤੇ ਉਸ ਟਾਈਮ ਮੈਂ ਆਈ ਹਾਂ ਉੱਥੇ ਮੈਂ ਲੱਗਦਾ ਨਹੀਂ ਕਿ ਜੇ ਹੁਣ ਲੱਗਿਆ ਮੈਂ ਧੱਕਾ ਮਾਰ ਕੇ ਪਿੱਛੇ ਗਿਰ ਦੇਣਾ ਹੋਵੇ ਯਾਰ 4 ਦਿਨ ਤੋਂ ਬੰਦ ਹੈ ਨਹੀਂ ਕੋਈ ਗੱਲ ਨਹੀਂ ਇਸ ਹੁੰਦਾ ਯਾਰ ਕਦੇ ਮੇਰਾ ਫਰੇਮ ਖਰਾਬ ਹੋ ਗਿਆ ਕਿੱਥੋਂ ਕਰਾਏ ਨੇ ਨਾਰਾਜ਼ਗੀ ਹੈ ਤੇ ਉਹ ਆਪਣੇ ਪ੍ਰੋਟੈਸਟ ਕਰਦੇ ਉਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਠੀਕ ਹੈ ਔਰ ਹੁਣ ਜਿਹੜੀ ਇਹ ਕਮੇਟੀ ਬਣਾ ਕੇ ਬੜੀ ਜਲਦੀ ਕਨਸਟੀਟਿਊਟ ਹੋ ਜਾਏਗੀ ਔਰ ਉਹਦੇ ਅੰਦਰ ਬੈਠ ਕੇ ਦੇਖੋ ਸਟੂਡੈਂਟ ਰੋਕ ਲਗਾਏ ਗਏ ਆ ਕਿ ਬਿਨਾਂ ਦੱਸੇ ਕੁਛ ਨੀ ਮੈਂ ਉਸੇ ਮੁੱਦੇ ਉੱਤੇ ਗੱਲ